ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਰੁਣੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸ਼ੀ ਪੀ ਸੱਚ ਜਿਨ੍ਹਾਂ ਦੇ ਸੰਗੜਿਆਂ ਦੁਰਮਤ ਵੰਜੈ ਮਿੱਤਰ ਅਸਾਜੜੇ ਸੇ ਹਿੰਦੀ ਜਗ ਸਵਾਇਆ ਜਾ ਨਾਨਕ ਗਿਰਲੇ ਕੇ ਬਹੁਤ ਅਟਲ ਚਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਫਾਜ਼ੂਰੀ ਅੰਦਰ ਸਜ ਬੈਠੀ ਸਾਧ ਸੰਗਤ ਜੀਓ ਨਿਮਰਤਾ ਦੀ ਮੂਰਤ ਸੇਵਾ ਦੇ ਪੁੰਜ ਮਹਾਨ ਪੁਰਸ਼ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਸਾਹਿਬ ਜੀ ਇਹਨਾਂ ਮਹਾਂਪੁਰਖਾਂ ਦੀ ਪਿਆਰੀ ਯਾਦ ਵਿੱਚ ਸਾਰੇ ਅਸੀਂ ਜੁੜ ਬੈਠੇ ਹਾਂ ਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਟੇਜ 'ਤੇ ਬੜੇ ਪਿਆਰ ਵਾਲੇ ਧਰਤ ਦੇਵਤੇ ਮਹਾਂਪੁਰਸ਼ ਸੱਜ ਬੈਠੇ ਨੇ। ਕੁਝ ਟਾਈਮ ਤੋਂ ਪਹਿਲਾਂ ਸਾਰ ਇੱਕ ਵਾਰੀ ਗੁਰੂ ਫਤਿਹ ਦੀ ਸਾਂਝ ਪਾਓ, ਕੋਈ ਰਸਨਾਬਾਜ਼ੀ ਨਾ ਰਹੇ। ਗੱਜ ਕੇ ਆਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿੱਚ ਸੇਵਾ ਅਤੇ ਸਿਮਰਨ ਬਹੁਤ ਵੱਡੀ ਪ੍ਰਧਾਨਤਾ ਹੈ। ਗੁਰੂ ਸਾਹਿਬ ਜੀ ਨੇ ਸਿਧਾਂਤ ਸਾਨੂੰ ਜੋ ਬਖਸ਼ਿਸ਼ ਕੀਤੇ ਉਹਨਾਂ ਦਾ ਇਹ ਅਨਮੋਲ, ਦੋ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਜਿਸ ਨਾਲ ਰੱਬ ਦੀ ਨੇੜਤਾ, ਰੱਬ ਦੀ ਨਜ਼ਦੀਕਤਾ ਮਨੁੱਖ ਨੂੰ ਨਸੀਬ ਹੁੰਦੀ ਹੈ। ਤੀਸਰਾ ਹੋਰ ਕੋਈ ਸਾਧਨ ਗੁਰਮੁਖ ਵਿੱਚ ਐਸਾ ਸਤਿਗੁਰਾਂ ਨੇ ਸਾਨੂੰ ਨਹੀਂ ਦਿੱਤਾ ਕਿ ਜਿਸ ਨਾਲ, ਜਿਸ ਨੂੰ ਕਰਕੇ ਅਸੀਂ ਉਸ ਪਰਮ ਪਿਆਰੇ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਦੇ ਪਾਤਰ ਬਣਦਾ ਹੈ। ਇਹ ਸੇਵਾ ਅਤੇ ਸਿਮਰਨ ਦੋ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਐਸੇ ਸਿਧਾਂਤ ਬਖਸ਼ਿਸ਼ ਕੀਤੇ, ਕਿਰਪਾ ਬਖਸ਼ਿਸ਼ ਕੀਤੇ, ਜਿਨ੍ਹਾਂ ਦੇ ਸਹਾਰੇ ਅਤੇ ਜਿਨ੍ਹਾਂ ਦੇ ਆਸਰੇ 'ਤੇ ਸਿੱਖ ਆਪਣੇ ਜੀਵਨ ਦੀ, ਆਪਣੇ ਸਰੂਪ ਦੀ ਸਵੈ ਲਖਤਾ ਕਰ ਸਕਦਾ ਹੈ, ਆਪਣੇ ਅੰਤਰ ਆਤਮੇ ਨੂੰ ਪਰਮ ਆਤਮਾ ਨਾਲ ਜੋੜ ਸਕਦਾ ਹੈ,
ਔਰ ਆਪਣੇ ਇਸ ਜੀਵਨ ਦੀ ਬਾਜ਼ੀ ਨੂੰ ਜਿੱਤ ਸਕਦਾ। ਗੁਰੂ ਸਾਹਿਬ ਜੀ ਦੇ ਦੋਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਭਰਪੂਰ ਰੂਪ ਵਿੱਚ ਕੀਤਾ ਹੈ, ਸਿਮਰਨ ਦਾ ਵੀ ਔਰ ਸੇਵਾ ਦਾ। ਸਾਧੂ ਪੁਰਸ਼ ਜਦੋਂ ਅਸੀਂ ਬਾਬਾ ਫਤਿਹ ਸਿੰਘ ਸਾਹਿਬ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਹਾਂ ਜਾਂ ਉਹਨਾਂ ਦੇ ਜੀਵਨ ਨੂੰ ਵੱਲ ਧਿਆਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਸੇਵਾ ਦੀ ਮੂਰਤੀ ਦਾ ਚਿੱਤਰ ਸਾਡੇ ਸਾਹਮਣੇ ਘੁੰਮਣ ਲੱਗ ਪੈਂਦਾ ਹੈ ਕਿ ਕਿਸ ਢੰਗ ਨਾਲ ਉਸ ਮਹਾਂਪੁਰਸ਼ ਨੇ ਸੇਵਾ ਕੀਤੀ। ਗੁਰ ਅਸਥਾਨ ਬਣਾਉਣੇ, ਲੰਗਰ ਲਾਉਣੇ ਜਾਂ ਹੋਰ ਨਾਨਾ ਪ੍ਰਕਾਰ ਦੀ ਸੇਵਾ ਜਿਹੜੀ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਵਿੱਚ ਕੀਤੀ ਔਰ ਇਸ ਸੇਵਾ ਨੂੰ ਕਰਕੇ ਬਚਨਾਂ ਵਿੱਚ ਵੀ ਬਲ ਆਇਆ, ਉਹਨਾਂ ਦੀ ਦ੍ਰਿਸ਼ਟੀ ਵਿੱਚ ਵੀ ਬਲ ਆਇਆ, ਉਹਨਾਂ ਦੀ ਸ਼ਖਸੀਅਤ ਵਿੱਚ ਵੀ ਬਲ ਆਇਆ। ਮਹਾਂਪੁਰਖਾਂ ਨੇ ਜਿਸ ਨੂੰ ਕੋਈ ਵਚਨ ਕਹਿ ਦਿੱਤਾ ਉਹ ਵਚਨ ਸੱਚ ਹੋ ਗਿਆ, ਕਿਉਂਕਿ ਵਚਨ ਦੀ ਸਤਤਾ ਕਮਾਈ ਤੋਂ ਬਿਨਾਂ ਤਾਂ ਨਹੀਂ ਹੁੰਦੀ ਔਰ ਕਮਾਈ ਸੇਵਾ ਅਤੇ ਸਿਮਰਨ ਤੋਂ ਬਿਨਾਂ, ਹੋਰ ਕਮਾਈ ਦਾ ਕੋਈ ਜ਼ਿਕਰ ਨਹੀਂ ਹੈ। ਚਲੋ ਭਾਵੇਂ ਦੁਨੀਆਂ ਵਿੱਚ ਕੰਮ ਕਰਨਾ ਆਪਣੇ ਸਰੀਰ ਵਾਸਤੇ ਸਮਾਜ ਵਾਸਤੇ, ਸਾਨੂੰ ਸਤਿਗੁਰਾਂ ਨੇ ਕਿਰਤ ਦਾ ਇੱਕ ਬਹੁਤ ਵੱਡਾ ਸਿਧਾਂਤ ਬਖਸ਼ਿਸ਼ ਕੀਤਾ, ਪਰ ਰੂਹਾਨੀਅਤ ਦੀ ਦੁਨੀਆਂ ਵਿੱਚ ਸੇਵਾ ਅਤੇ ਸਿਮਰਨ ਦੀ ਕਮਾਈ ਜਿਹੜੀ ਹੈ ਉਸਦੇ ਹੀ ਭੰਡਾਰੇ ਭਰਨ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਤੂੰ ਸੇਵਾ ਕਰ ਅਤੇ ਸਿਮਰਨ ਕਰ। ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਬਹੁਤ ਵੱਡੀ ਸੇਵਾ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕੀਤੀ ਔਰ ਗੁਰੂ ਕੇ ਸਵਾਲੋਂ ਏਡੀ ਬਖਸ਼ ਵੀ ਜੇ ਕਿਸੇ ਨੂੰ ਇੱਕ ਵਚਨ ਵੀ ਕਹਿ ਦਿੱਤਾ ਉਸ ਸਿੱਖ ਨੇ ਉਹਨਾਂ ਦੇ ਕਿਸੇ ਵੀ ਵਚਨ ਨੂੰ ਉਲੱਦਿਆ ਨਹੀਂ, ਮੋੜਿਆ ਨਹੀਂ। ਸੱਤ ਵਚਨ ਕਹਿ ਕੇ ਉਹਨਾਂ ਦੇ ਗੁਰੂ ਕੇ ਸਵਾਲੋਂ ਵਚਨਾਂ ਨੂੰ ਸੰਗਤ ਨੇ, ਸ਼ਰਧਾਲੂਆਂ ਨੇ, ਪਿਆਰ ਵਾਲਿਆਂ ਨੇ ਪ੍ਰਵਾਨ ਕਰ ਲਿਆ ਅਤੇ ਬਾਬਾ ਜੀ ਕਿਉਂਕਿ ਸ੍ਰੀ ਗੁਰੂ ਕੇ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਇੱਥੇ ਤਪ ਕਿਹੜਾ, ਸੇਵਾ ਦੇ ਤਪ ਹੈ, ਇੱਥੇ ਸੇਵਾ ਦਾ ਤਪ ਹੀ ਗੁਰੂ ਨੇ ਪ੍ਰਵਾਨ ਕੀਤਾ, ਬਖਸ਼ਿਸ਼ ਕੀਤੀ। ਔਰ ਗੁਰੂ ਸਾਹਿਬ ਜੀ ਦੀ ਅਸੀਂ ਵਚਨ ਪੜ੍ਹਦੇ ਹਾਂ, ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਗੁਰ ਸੇਵਾ ਤਪਾ ਸਿਰ ਤਪ ਸਾਰ, ਗੁਰੂ ਕੀ ਸੇਵਾ ਜਿਹੜੀ ਹੈ ਉਹ ਤਪਾ ਤੋਂ ਸ੍ਰੇਸ਼ਟ ਤਪ ਹੈ, ਦੂਸਰੇ ਕਿਸੇ ਤਪ ਨਾਲ ਸ਼ਾਇਦ ਕੋਈ ਪ੍ਰਾਪਤੀ ਹੋਵੇ ਕਿ ਨਾ ਹੋਵੇ, ਪਰ ਮੇਰੇ ਸਤਿਗੁਰਾਂ ਨੇ ਇਹ ਗੱਲ ਦਾਅਵੇ ਅਤੇ ਮਾਣ ਨਾਲ ਕਹੀ ਹੈ ਕਿ ਜੇ ਤੂੰ ਸੇਵਾ ਦਾ ਤਪ ਘਾਲ ਲਿਆ, ਸੇਵਾ ਦਾ ਤਪ ਕਮਾ ਲਿਆ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਸ ਤਪ ਦੇ ਨਾਲ ਤੈਨੂੰ ਕੋਈ ਪ੍ਰਾਪਤੀ ਨਾ ਹੋ। ਗੁਰੂ ਸਾਹਿਬ ਜੀ ਦੇ ਐਸੇ ਵਚਨ ਨੇ, ਕਹਿੰਦੇ ਇਸ ਢੰਗ ਨਾਲ ਇਹ ਤਪ ਕਰ, ਇਹ ਸੇਵਾ ਕਰ, ਹਸਤੀ ਸਿਰ ਜਿਉ ਅੰਕਸ ਹੈ ਐਨ ਜਿਉ ਸਿਰ ਦੇ, ਮੰਤਰ ਆਦਿ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਵਾਰੀਏ ਸਭ ਰਾਜ ਸ੍ਰਿਸ਼ਟ ਕਰ। ਬਾਕੀ ਕੀ ਬਚੇ, ਜਿਵੇਂ ਹਾਥੀ
ਮਹਾਵਤ ਦੇ ਕੁੰਡੇ ਥੱਲੇ ਆਪਣਾ ਸਿਰ ਸਮਰਪਣ ਕਰਕੇ ਰੱਖਦਾ। ਜਿਵੇਂ ਐਲ ਅਵਦਾਨ ਥੱਲੇ ਆਪਣੇ ਆਪ ਨੂੰ ਸਮਰਪਣ ਕਰਕੇ ਰੱਖਦੀ ਹੈ, ਇਸੇ ਤਰ੍ਹਾਂ ਜੇ ਕੋਈ ਸਿੱਖ ਗੁਰੂ ਕੇ ਪਿਆਰ ਵਾਲਾ, ਗੁਰੂ ਨੂੰ ਰਿਝਾਉਣ ਵਾਲਾ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਸੇਵਾ ਕਰੇ, ਸਤਿਗੁਰੂ ਕਿਰਪਾ ਕਰਕੇ ਗੁਰੂ ਕੇ ਸਵਾਲ ਉਹਦੀਆਂ ਝੋਲੀਆਂ ਭਰ ਦੇਣ, ਬਖਸ਼ਿਸ਼ਾਂ ਕਰ ਦੇਣ। ਔਰ ਇਹ ਸਾਰੇ ਗੁਰੂ ਸਾਹਿਬ ਜੀ ਨੇ ਸਿਧਾਂਤ ਬਖਸ਼ਿਸ਼ ਕੀਤੇ। ਇੱਥੇ ਜਪ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸਿੱਖੀ ਵਿੱਚ, ਅਤੇ ਸੇਵਾ ਦਾ ਤਪ ਕਰਨ ਵਾਲਿਆਂ ਦੀ ਵੀ ਗੁਰੂ ਕੇ ਸਵਾਲ ਕੋਈ ਕਮੀ ਨਹੀਂ। ਜਦੋਂ ਅਸੀਂ ਜਪੀ ਤਪੀ ਮਹਾਂਪੁਰਸ਼ਾਂ ਦਾ ਜ਼ਿਕਰ ਕਰਦੇ ਹਾਂ, ਕਿੰਨਾ ਕਿੰਨਾ ਨਿਤ ਨੈਣ, ਕਿੰਨਾ ਕਿੰਨਾ ਬਾਣੀ ਦਾ ਅਭਿਆਸ ਕਰਦੇ, ਇਸ ਸਟੇਜ 'ਤੇ ਹੀ ਸੁਭਾਏ ਮਾਰਨੇ, ਉਹਨਾਂ ਤੋਂ ਪੜ੍ਹਾਏ ਹੋਏ ਅੱਗੇ ਵਿਦਿਆਰਥੀ ਜਿਹਨਾਂ ਨੇ ਬਹੁਤ ਵੱਡੇ ਜਪ ਤਪ ਕੀਤੇ ਗੁਰੂ ਕੇ ਸਵਾਲ, ਤਾਂ ਗੁਰੂ ਸਾਹਿਬ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੇ, ਸਾਨੂੰ ਉਹਨਾਂ ਨੇ ਇਹ ਅਮੋਲਕ ਦਾਤਾਂ ਬਖਸ਼ਿਸ਼ ਕੀਤੀਆਂ, ਔਰ ਅਸੀਂ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ, ਕਿਉਂਕਿ ਅਸੀਂ ਗੁਰੂ ਕੇ ਸਵਾਲ ਗੱਲ ਚੇਤੇ ਰੱਖਣਾ, ਅਸੀਂ ਪੜ੍ਹ ਲੈਂਦੇ ਹਾਂ ਸਵੇਰੇ ਵੀ ਸ਼ਾਮ ਵੀ, ਵੀ ਸਹੀ ਪਿਆਰੇ ਮੇਰ ਜਿਹਨਾਂ ਮਿਲਿਆ ਤੇਰਾ ਨਾਮ ਚਿਤ ਆਵੇ, ਪਰ ਭਾਲ ਕਿਧਰੇ ਨਹੀਂ ਕਰਦੇ। ਇਹ ਨਹੀਂ ਇਹ ਮਹਿਸੂਸ ਕੋਈ ਗੱਲ ਨਹੀਂ ਕਰਦੇ ਨੇ ਕਿ ਵਾਕਈ ਜ਼ਰੂਰਤ ਹੈ ਉਹਨਾਂ ਜਪੀ ਤਪੀ ਪੁਰਸ਼ਾਂ ਦੀ, ਜਿਹਨਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਆਪਣੇ ਜੀਵਨ ਨੂੰ ਪਵਿੱਤਰ ਅਤੇ ਸਫਲਾ ਕਰ ਸਕਦੇ। ਇਹਨਾਂ ਸ਼ਬਦਾਂ ਨਾਲ ਦਾਸ ਸ਼ਿਵਾ ਦਾ ਜਾ ਚੁੱਕਾ ਹੈ, ਕਿਉਂਕਿ ਸਟੇਜ 'ਤੇ ਅਸੀਂ ਸਰਕਾਰਯੋਗ ਸਿੰਘ ਸਾਹਿਬ, ਗਿਆਨੀ ਰਣਵੀਰ ਸਿੰਘ ਜੀ, ਚਤੁਰਦਾਸ ਸ਼੍ਰੀ ਅਕਾਲ ਤਖ਼ਤ ਸਾਹਿਬ ਉਹ ਵੀ ਪਹੁੰਚ ਚੁੱਕੇ ਨੇ, ਔਰ ਸਾਡੇ ਨਿਰਮਲ ਭੇਸ ਭੂਸ਼ਣ, ਨਿਰਮਲ ਚੈਤੀ ਅਖਾੜਾ ਦੇ ਮੁਖੀ ਸਾਰੇ ਸਰਕਾਰਯੋਗ ਸ਼੍ਰੀਮਾਨ ਮਹੰਤ ਗਿਆਨਦੇਵ ਸਿੰਘ ਜੀ, ਔਰ ਉਹ ਸਾਰੇ ਮਹਾਂਪੁਰਸ਼ ਸੰਤ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਬਲਦੇਵ ਸਿੰਘ ਜੀ ਜੋਗੀਵਾਲ, ਸੰਤ ਬਾਬਾ ਭਵਿੰਦਰ ਸਿੰਘ ਜੀ, ਸੰਤ ਗਿਆਨੀ ਭੁਪਿੰਦਰ ਸਿੰਘ ਜੀ, ਸਾਰੀਆਂ ਸ਼ਖਸੀਅਤਾਂ ਦਾ ਦਾਸ ਧੰਨਵਾਦ ਕਰਦਾ ਹੈ। ਔਰ ਇਸ ਸੰਸਥਾ ਨੂੰ ਜੋ ਮਹਾਂਪੁਰਖਾਂ ਦੇ ਸਥਾਨ 'ਤੇ, ਕਿਉਂਕਿ ਬਾਬਾ ਫਤਿਹ ਸਿੰਘ ਸਾਹਿਬ ਗੁਰਾਂ ਦੀ ਥਾਂ ਲੈਣ ਵੀ ਛੋਟੀ ਗੱਲ ਨਹੀਂ, ਉਹ ਤਾਂ ਚੱਲਦੇ ਚੱਲਦੀ ਫਿਰਦੀ ਗੁਰੂ ਕੇ ਸਵਾਲ ਆਪਣੇ ਆਪ ਵਿੱਚ ਮਹਾਂਪੁਰਸ਼ ਸੰਸਥਾ ਸਨ। ਅਤੇ ਸਾਡੀ ਸਰਕਾਰ ਵੀ ਉਸ ਗਿਆਨੀ ਗੁਰਮੀਤ ਸਿੰਘ ਜੀ ਖੁਰਸ਼ਾ ਕੋਟਲਾ ਵਾਲੇ, ਜਿਹਨਾਂ 'ਤੇ ਬਹੁਤ ਬਖਸ਼ਿਸ਼ ਹੈ, ਬਹੁਤ ਵਿਦਵਾਨ ਨੇ, ਬੜੀ ਕਿਰਪਾ ਹੈ, ਉਹ ਇਸ ਸਾਰੀ ਸੰਸਥਾ ਨੂੰ ਬੜੇ ਪਿਆਰ ਨਾਲ ਮਹਾਂਪੁਰਸ਼ਾਂ ਦੇ ਸਥਾਨ 'ਤੇ ਚਲਾ ਰਹੇ ਨੇ। ਸੰਗਤਾਂ ਦਾ ਪਿਆਰ ਉਤਸ਼ਾਹ ਉਹਨਾਂ ਦੇ ਨਾਲ ਨਾਲ ਸੇਵਾ ਦੇ ਨਾਲ ਨਾਲ ਹੋਰ ਵੀ ਸਮਾਜਿਕ ਗੁਰੂ ਕੇ ਸਵਾਲ ਜਿਹੜੇ ਪਰਉਪਕਾਰ ਦੇ ਕਾਰਜ ਨੇ ਮਹਾਂਪੁਰਖ ਉਹ ਵੀ ਕਰ ਰਹੇ ਨੇ। ਸਤਿਗੁਰੂ ਬਖਸ਼ਿਸ਼ ਕਰਨ ਦੀਆਂ ਕਲਾ ਬਖਸ਼ਿਸ਼ ਕਰਨ ਉਹਨਾਂ ਨੂੰ। ਇਹਨਾਂ ਸ਼ਬਦਾਂ ਨਾਲ ਦਾਸ ਸ਼ਿਵਾਂ ਦਾ ਜਾ ਚੁੱਕਾ ਹੈ। ਅਕਾਲਪੁਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਮੂਹ ਸਾਧ ਸੰਗਤ ਦਾ, ਗਲਤੀਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਾਹਿਬ ਫਤਿਹ ਜਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।